ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵੀਡੀਓ 'ਤੇ। ਅਤੇ ਅੱਜ ਦਾ ਵਲੋਗ ਅਸੀਂ ਟ੍ਰੇਨ ਤੋਂ ਹੀ ਸ਼ੁਰੂ ਕਰਾਂਗੇ। ਅਤੇ ਦੇਖ ਸਕਦੇ ਹੋ ਤੁਸੀਂ ਪਹਾੜ ਆਉਣੇ ਸ਼ੁਰੂ ਹੋ ਚੁੱਕੇ ਨੇ, ਤਾਂ ਇੱਧਰ ਦੇਖ ਸਕਦੇ ਹੋ, ਇੱਧਰ ਨੀਚੇ ਨਦੀ ਵਗ ਰਹੀ ਆ। ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ। ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, 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 ਗੁਰ ਪ੍ਰਸਾਦ ਪਰਮ ਪਦ। ਨਹੀਂ ਹੋਰ ਕਿੱਦਾਂ ਕਿ ਬੋਲਦੇ ਕਿ ਜੇ ਹੀ ਅੱਗੇ ਤੇ ਲੱਗੇ ਜੇ ਉਹ ਬੋਲਦੇ ਡੇ। ਬਿਸਕੁਟ ਭੁਜੀਆ ਜੋ ਵੀ ਸਾਰਾ ਆਰਡਰ ਆਰਡਰ ਲੈਣ ਆਉਂਦੇ ਨੇ, ਆਹ ਚੱਲ ਵੇਚਣਾ ਆ। ਉਹ ਵੇਖੋ ਹੈ ਨੀ ਦੂਰ ਜ਼ਿਆਦਾ ਹੋਵੇ। ਅਤੇ ਹਾਂਜੀ ਦੋਸਤੋ, ਇੱਥੇ ਆ ਇੱਧਰ ਮਹਾਰਾਸ਼ਟਰ 'ਚ ਲੋਕ ਬੋਲਦ ਨਾ ਮਿਲ ਕੇ ਜੇ ਖੇਤੀ ਕਰਦੇ ਨੇ, ਤੇ ਪਿੱਛੇ ਹਾਲ ਵੇਖੋ ਉਧਰ ਕਿੱਥੇ ਆ ਵੇਖੋ। ਤੇ ਸਾਡੇ ਪੰਜਾਬ ਦੇ ਵਿੱਚ ਪਹਿਲਾਂ ਹੁੰਦੇ ਸੀ ਪਰ ਹੁਣ ਨਹੀਂ ਆ। ਤੇ ਇੱਧਰ ਵੇਖੋ ਅਜੇ ਵੀ ਬਹੁਤ ਲੋਕਾਂ ਨੇ, ਮਤਲਬ ਕਿ ਸਾਰੇ ਲੋਕ ਮਤਲਬ ਕਿ ਇੱਧਰ ਬੋਲਦੀ ਆਉਂਦੇ ਨੇ। ਇੱਧਰ ਟਰੈਕਟਰ ਨਹੀਂ ਹੈਗੇ, ਇੱਧਰ ਦੇ ਲੋਕ ਮਤਲਬ ਕਿ ਗਰੀਬ ਬਹੁਤੇ ਨੇ। ਤੇ ਮਤਲਬ ਕਿ ਇਹ ਵੇਖਣ ਨੂੰ ਗਰੀਬ ਲੱਗਦੇ ਬਟ ਇਹਨਾਂ ਕੋਲ ਪੈਸਾ ਬੜਾ ਹੁੰਦਾ। ਉਹ ਵੇਖ ਸਕਦੇ ਵਾਹਿਗੁਰੂ ਸਮੁੰਦਰ ਮੈਂ ਫੇਟਾ, ਤੇਰੀ ਜੈਸੀ ਲੜਕੀ ਕਾ ਕਾਲਜ ਮੈਂ ਖੜੀ ਪਰਦਾ ਤੇਰੀ ਭਾਭੀ ਖੜੀ ਫੁਲਕਿਆ ਕਰ ਜੇ ਸਾਬਣ ਕਾ
बहुत दूर से देखा तो हीरा चमक रहा था, पास जाके देखा तो टकला चमक रहा था। छोटी सी बाटी का पत्थर से फोड़ा, घर वाली मिली का बाहर वाली छोड़ा। पान में सुपारी नहीं तो खाने में क्या मजा, ससुराल में साली नहीं तो जाने में क्या मजा। साइकिल चले ना चले पेंडल मारते रहो, लड़की पटे ना पटे लाइन मारते रहो। दूजा भी करके वकाल ਪਰੇਸ਼ਾਨ ਹੋ ਰਹੀਆਂ ਨੇ, ਟੋਇਲਟਾਂ ਵਿੱਚ ਪਾਣੀ ਨੀ, ਗੰਦਗੀ ਇੰਨੀ ਕੁ ਜ਼ਿਆਦਾ ਕਿ ਹਰ ਇੱਕ ਇਨਸਾਨ ਪਰੇਸ਼ਾਨ ਹੋ ਰਿਹਾ। ਰੇਲਵੇ ਲੈਣਾ ਚਾਹੀਦਾ, ਰੇਲ ਵਾਲਿਆਂ ਨੂੰ ਚਾਹੀਦਾ ਵਾ ਕਿ ਇਸ ਟ੍ਰੇਨ ਨੂੰ ਸਾਫ਼ ਸੁਥਰਾ ਰੱਖਣ। ਦੀਦੀ ਸੀਰਤ ਵਰਗੀ ਲੱਗਦੀ ਹੈ ਨਾ, ਸੀਰਤ ਵਰਗੀ ਲੱਗਣ ਫਿਰ ਵੇਖੋ ਸੰਗਤ ਆ ਰਹੀ ਆ ਲੰਗਰ ਲੰਗਰ ਲੈਣ ਚੱਲੀਏ ਸੰਗਤ ਸਾਰੀ। ਉਧਰ ਵੇਖ ਆਹ ਸਟੇਸ਼ਨ ਮਲਵਾੜੀ, ਇੱਥੇ ਲੰਗਰ ਲੱਗਦਾ ਵਾ। ਗੁਰਦੁਆਰਾ ਸਾਹਿਬ ਤੋਂ ਸਟੇਸ਼ਨ ਆਉਂਦਾ ਹੈ, ਜੋ ਸੰਗਤਾਂ ਦੂਰੋਂ ਦੂਰੋਂ ਤੋਂ ਆ ਰਹੀਆਂ ਇਸ ਰੇਲਵੇ ਸਟੇਸ਼ਨ 'ਤੇ, ਉਹਨਾਂ ਲਈ ਲੰਗਰ ਲੱਗਿਆ ਹੋਇਆ। ਚਲੋ ਚਲੋ
ਹੁਣ ਅਸੀਂ ਰੇਲਵੇ ਸਟੇਸ਼ਨ ਪਹੁੰਚ ਚੁੱਕੇ ਹਾਂ ਨੰਦੇੜ ਸਾਹਿਬ, ਅਤੇ ਹੁਣ ਇੱਥੋਂ ਬੱਸਾਂ ਆਉਣਗੀਆਂ ਬਾਬਾ ਜੀ ਦੀਆਂ। ਅਸੀਂ ਉਹ ਬੱਸਾਂ 'ਤੇ ਹਜ਼ੂਰ ਸਾਹਿਬ ਨੰਦੇੜ ਜਾਵਾਂਗੇ ਅਤੇ ਉੱਥੇ ਕੋਈ ਕਮਰਾ ਲਵਾਂਗੇ। ਤਾਂ ਹੁਣ ਆਹ ਵੇਖੋ ਰੇਲਵੇ ਸਟੇਸ਼ਨ 'ਤੇ ਦੇਖ ਰਹੇ ਹੋ ਕਿ ਆਹ ਜਿਹੜੀ ਆਹ ਟ੍ਰੇਨ ਤੋਂ ਜਿਹੜੀ ਸੰਗਤ ਉਤਰੀ ਹੈ। ਰੇਲਵੇ ਸਟੇਸ਼ਨ ਦੀ ਬਾਹਰਲੀ ਸਾਈਡ ਦੇਖ ਸਕਦੇ ਹੋ ਕਿੰਨੀਆਂ ਬੱਸਾਂ ਆ ਚੁੱਕੀਆਂ ਨੇ ਕਾਰ ਸੇਵਾ ਵਾਲਿਆਂ ਦੀਆਂ, ਅਤੇ ਇਹਨਾਂ ਦੇ ਕਰਕੇ ਅਸੀਂ ਹਜ਼ੂਰ ਸਾਹਿਬ ਨੰਦੇੜ ਪਹੁੰਚਾਂਗੇ। ਹਾਂਜੀ ਜੀ, ਅਸੀਂ ਮਿਲਾਂਗੇ ਹੁਣ ਤੁਹਾਨੂੰ ਆਪਾਂ ਅਗਲੇ ਵਲੋਗ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।